ਨੈਸ਼ਨਲ ਹਾਈਵੇ ਤੇ ਪਲਟੀ ਓਵਰਲੋਡ ਟਰਾਲੀ, ਸੜਕ ਤੇ ਬਿਖਰੀਆਂ ਪਰਾਲੀ ਦੀਆਂ ਗੱਠਾਂ। ਤਾਂ ਦੱਸ ਦਈਏ ਕਿ ਨੈਸ਼ਨਲ ਹਾਈਵੇ ਤੇ ਵੱਡਾ ਹਾਦਸਾ ਹੋਇਆ, ਜਿਸ ਕਾਰਨ ਇੱਕ ਪਾਸੇ ਦੀ ਲੇਨ ਰੁਕ ਜਾਂਦੀ ਹੈ ਤੇ ਮੌਕੇ ਤੇ ਵੱਡਾ ਜਾਮ ਲੱਗ ਜਾਂਦਾ ਹੈ ਤੇ ਦੂਰ ਦੂਰ ਤੱਕ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਨੇ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਜਲੰਧਰ ਤੋਂ ਅੰਮ੍ਰਿਤਸਰ ਵਾਲੀ ਸਾਈਡ ਤੇ ਵਾਪਰਿਆ, ਜਿੱਥੇ ਪਰਾਲੀ ਦੀਆਂ ਗੱਠਾਂ ਨਾਲ ਭਰੀ ਇੱਕ ਟਰਾਲੀ ਜੋ ਕਿ ਓਵਰਲੋਡ ਹੋ ਕੇ ਆ ਰਹੀ ਸੀ ਤੇ ਇਹ ਸੜਕ ਤੇ ਇੱਕ ਹਾਦਸੇ ਤੋਂ ਬਾਅਦ ਪਲਟ ਜਾਂਦੀ ਹੈ, ਜਿਸ ਕਾਰਨ ਪਰਾਲੀ ਦੀਆਂ ਗੱਠਾਂ ਖਿੜ ਜਾਂਦੀਆਂ ਨੇ, ਜਿਸ ਕਰਕੇ ਉੱਥੇ ਆਵਾਜਾਈ ਰੁਕ ਜਾਂਦੀ ਹੈ ਤੇ ਦੂਰ ਦੂਰ ਤੱਕ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਨੇ। ਇਸ ਸੰਬੰਧੀ ਗੱਲਬਾਤ ਦੌਰਾਨ ਟਰੈਕਟਰ ਚਾਲਕ ਗੁਰਸੇਵਕ ਸਿੰਘ ਨੇ ਦੱਸਿਆ ਕਿ ਇੱਕ ਖੱਡ ਦੇ ਵਿੱਚ ਟਰੈਕਟਰ ਵੱਜਣ ਕਾਰਨ ਟਰੈਕਟਰ ਦਾ ਐਕਸਲ ਟੁੱਟ ਗਿਆ ਸੀ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਉਹਨਾਂ ਦੱਸਿਆ ਕਿ ਹਾਦਸੇ ਦੇ ਵਿੱਚ ਗਨੀਮਤ ਰਹੀ ਕਿ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ। ਹਾਲਾਂਕਿ ਇਸ ਹਾਦਸੇ ਦੇ ਕਾਰਨ ਨੈਸ਼ਨਲ ਹਾਈਵੇ ਤੇ ਵੱਡਾ ਜਾਮ ਲੱਗ ਗਿਆ ਸੀ, ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਜਿਸ ਤੋਂ ਬਾਅਦ ਲੋਕਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਓਵਰਲੋਡ ਵਾਹਨਾਂ ਦੇ ਉੱਤੇ ਟ੍ਰੈਫਿਕ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ। ਤਾਂ ਤੁਹਾਨੂੰ ਦੱਸ ਦਈਏ ਕਿ ਬਿਆਸ ਦੇ ਨਜ਼ਦੀਕ ਇਹ ਹਾਦਸਾ ਹੋਇਆ, ਜਿੱਥੇ ਇੱਕ ਟਰੈਕਟਰ ਟਰਾਲੀ ਦੇ ਵਿੱਚ ਪਰਾਲੀ ਦੀਆਂ ਗੱਠਾਂ ਭਰ ਕੇ ਲਿਜਾ ਰਿਹਾ ਸੀ, ਜਿਸ ਤੋਂ ਬਾਅਦ ਉਸਦਾ ਹਾਦਸਾ ਹੋ ਜਾਂਦਾ ਹੈ ਤੇ ਹਾਦਸੇ ਤੋਂ ਬਾਅਦ ਉਸਦੀ ਟਰਾਲੀ ਪਲਟ ਜਾਂਦੀ ਹੈ ਤੇ ਉਸਦੇ ਵਿੱਚ ਪਰਾਲੀ ਦੀਆਂ ਗੱਠਾਂ ਹੁੰਦੀਆਂ ਨੇ, ਉਹ ਸਾਰੀ ਸੜਕ ਤੇ ਖਿੰਡ ਜਾਂਦੀਆਂ ਨੇ, ਜਿਸ ਕਰਕੇ ਉਹ ਨੈਸ਼ਨਲ ਹਾਈਵੇ ਦੀ ਇੱਕ ਲੇਨ ਹੈ ਜਿਹੜੀ ਉਹ ਬਲੌਕ ਹੋ ਜਾਂਦੀ ਹੈ ਤੇ ਉੱਥੋਂ ਕੋਈ ਵੀ ਵਾਹਨ ਅੱਗੇ ਨਹੀਂ ਲੰਘ ਪਾਉਂਦਾ, ਜਿਸ ਕਾਰਨ ਲੰਮੀਆਂ ਕਤਾਰਾਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵਾਹਨਾਂ ਦੀਆਂ ਲੱਗ ਜਾਂਦੀਆਂ ਨੇ। ਤਾਂ ਓਵਰਲੋਡ ਟਰਾਲੀ ਦੇ ਕਾਰਨ ਇਹ ਵੱਡਾ ਹਾਦਸਾ ਵਾਪਰਿਆ। ਟਰਾਲੀ ਪਹਿਲਾਂ ਜੀ ਢੋ ਉੱਥੇ ਢਿਲਵਾਂ ਤੋਂ ਲੰਘ ਕੇ ਆਈ ਨਾਕੇ ਦੇ ਉੱਤੋਂ, ਨਾ ਤੇ ਉਹਨਾਂ ਨੇ ਰਾਹ ਚ ਰੋਕਿਆ, ਮੇਰੇ ਸਿਰ ਦੋ ਟਰਾਲਿਆਂ ਦਾ ਮਾਲ ਆ, ਦਰਿਆ ਦੇ ਵੀ ਨਾਕਾ, ਤੇ ਦਰਿਆ ਦੇ ਉੱਤੇ ਵੀ ਨਾਕਾ ਵਾ। ਤਾਂ ਟਾਇਰ ਵੇਖੋ ਜੀ ਕਿੱਡੀ ਜ਼ੋਰ ਦੀ ਉਹਨੇ ਬ੍ਰੇਕ ਮਾਰੀ ਹੋਊਗੀ, ਸਾਰੇ ਟਾਇਰ ਘਸੇ ਆ, ਤੇ ਹੁਣ ਜੇ ਥੱਲੇ ਚੱਲ ਜਾਂਦਾ ਤੇ ਡਰਾਈਵਰ ਦਾ ਕੀ ਬਣਦਾ, ਡਾਗੋ ਵੇਖ ਲਓ ਕੋਈ ਸਕੂਟਰ ਮੋਟਰਸਾਈਕਲ ਜਾਂ ਗੱਡੀ ਵਾਲਾ ਵੀ ਹੁੰਦਾ, ਉਹਦਾ ਕਿੱਡਾ ਨੁਕਸਾਨ ਹੋਣਾ ਹੈ, ਤੇ ਉਹਦੀ ਜਾਨ ਵੀ ਜਾ ਸਕਦੀ ਸੀ। ਪਹਿਲਾਂ ਟਾਇਰ ਦੀ ਵੇਖ ਲਓ ਕਿੱਡੀ ਜ਼ੋਰ ਨਾਲ ਬ੍ਰੇਕ ਮਾਰੀ, ਐਕਸਲ ਵੀ ਟੁੱਟ ਗਿਆ ਵਾ, ਉਹਨੇ ਕੰਟਰੋਲ ਨਹੀਂ ਕੀਤਾ ਕਿਉਂਕਿ ਵਜਨ ਬਹੁਤ ਜ਼ਿਆਦਾ ਵਾ, ਤੇ ਪੂਰਾ ਟਰਾਲੇ ਦੇ ਉੱਤੇ ਮਾਲ ਟਰਾਲੇ ਤੋਂ ਵੀ ਵੱਧ ਹੀ ਹੋਣਾ ਵਾ, ਤੇ ਇਹ ਸਿਰਫ ਪੈਸੇ ਆ ਪਿੱਛੇ, ਇਹ ਕੁਛ ਕਰਨ ਦੇ ਆ ਵੀ ਪੈਸੇ ਪਹਿਲਾਂ ਵੇਖ ਲਓ ਆਪਣੀ ਜਾਨ ਤੇ ਵੇਖ ਲਓ ਨਾਲ। ਇੱਥੇ ਵੇਖੋ ਜੀ ਪਹਿਲਾਂ ਬਿਆਸ ਵੀ ਹਾਈਟੈਕ ਨਾਕਾ ਵਾ, ਢਿਲਵਾਂ ਵੀ ਹਾਈਟੈਕ ਨਾਕਾ ਵਾ, ਉੱਥੇ ਵੀ ਕੈਮਰੇ ਲੱਗੇ ਆ, ਉਹਦੀ ਰਿਕਾਰਡਿੰਗ ਕਢਾ ਕੇ ਦੇਖ ਲੈਣ, ਉਹ ਵੀ ਅੰਦਰ ਹੀ ਬੈਠੇ ਹੋਏ ਆ, ਉਹਨਾਂ ਨੇ ਕਦੀ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਹੋਣੀ ਵੀ ਇੰਨਾ ਮਾਲ ਭਰਿਆ ਵਾ ਤੇ ਕਿਉਂ ਇਹਨੂੰ ਰੋਕ ਕੇ ਤੇ ਕਿਹਾ ਜਾਵੇ, ਉਹ ਵੀ ਅੰਦਰ ਬੈਠਿਆਂ ਨੇ ਚੁੱਪ ਕਰਕੇ। ਸਰ ਜੀ ਮੈਂ ਆਰ ਪੀ ਅਵਤਾਰ ਸਿੰਘ ਹਾਈਵੇ ਪੈਟਰੋਲਿੰਗ ਰੋਡ ਤੋਂ, ਜੇ ਓਵਰਲੋਡ ਟਰਾਲਾ ਚੱਲਦੇ ਆ ਤੇ ਆਹ ਕਾਰਨ ਆਉਂਦੇ ਆ, ਲੋਕਾਂ ਦਾ ਨੁਕਸਾਨ ਕਰਾਉਂਦੇ ਆ ਰਸਤੇ 'ਚ, ਜੇ ਇੰਨਾ ਜ਼ਿਆਦਾ ਮਾਲ ਹੈ ਤੇ ਲੋਡ ਕੀਤਾ ਵੀ ਮਾੜਾ ਜਿਹਾ ਵੀ ਗਿਆ ਤੇ ਕਿਸੇ ਦਾ ਨੁਕਸਾਨ ਕਰ ਸਕਦਾ ਰਸਤੇ 'ਚ, ਇਹ ਬੰਦ ਹੋਣੇ ਚਾਹੀਦੇ। ਇਹ ਟਰਾਲੀ ਦਾ ਮਾਲ ਆ, ਟਰਾਲੇ ਦਾ ਮਾਲ ਆ, ਟਰਾਲੇ ਤੋਂ ਵੀ ਜ਼ਿਆਦਾ, ਤੇ ਟਰੱਕ ਤਾਂ ਟਰਾਲੀ 'ਤੇ ਲੋਡ ਕਰਿਆ ਹੋਇਆ, ਬਿਲਕੁਲ ਬਿਲਕੁਲ, ਤੇ ਕੁਦਰਤੀ ਸਾਰਿਆਂ ਦਾ ਕੋਈ ਲਾਗੇ ਨਹੀਂ ਸੀ, ਬਚਾਅ ਹੋ ਗਿਆ ਤੇ ਜਿਹੜਾ ਲਾਗੇ ਹੋਗਾ ਉਹ ਗਿਆ ਸੀ, ਕਾਰ ਵੀ ਗਈ, ਬੰਦਾ ਵੀ ਗਿਆ ਸੀ, ਕੀ ਕਹਿ ਸਕਦੇ ਹਾਂ, ਜਾਂ ਇਹਨਾਂ ਨੂੰ ਨਾ ਰੋਕਣਾ ਤਾਂ ਚਾਹੀਦਾ ਪੁਲਿਸ ਨੂੰ, ਕੋਈ ਨਜਾਇਜ਼ ਹੈ, ਇੱਕ ਕੁੜੀ ਵਾਲੇ ਚੌਂਬਾ ਇਹ ਟਰਾਲੀਆਂ ਜਿਹੜੀਆਂ ਇਹ ਗਲਤ ਆ, ਨਜਾਇਜ਼ ਆ, ਇਹ ਹਾਈਵੇ 'ਤੇ ਚੱਲ ਨਹੀਂ ਸਕਦੀ, ਸਹੀ ਹਿਸਾਬ ਨਾਲ ਦੇਖਿਆ ਜਾਵੇ। ਇਹ ਮੰਗ ਕਰਦੇ ਕਿ ਇਹਨਾਂ 'ਤੇ ਕੰਟਰੋਲ ਕੀਤਾ ਜਾਵੇ ਤਾਂ ਕਿ ਲੋਕਾਂ ਦਾ ਬਚਾਅ ਹੋਵੇ, ਹੁਣ ਹਜ਼ਾਰਾਂ ਹੀ ਗੱਡੀਆਂ ਖੱਜਾਂ ਖਰਾਬ ਹੋਣ ਦੀਆਂ ਵਿੱਚ ਇਹਨਾਂ ਦੀ ਵਜ੍ਹਾ ਨਾਲ ਲੋਕ ਖਰਾਬ ਹੋ ਰਹੇ ਆ, ਕੋਈ ਪੇਸ਼ੈਂਟ ਹੋ ਸਕਦਾ, ਕੋਈ ਮਰੀਜ਼ ਹੋ ਸਕਦਾ, ਉਹ ਹੁਣ ਪਹੁੰਚੂਗਾ ਇੰਨੀ ਜਾਮ ਦੇ ਵਿੱਚ ਪਿੱਛੇ, ਛੋਟੀ ਜਿਹੀ ਇਹਨਾਂ ਦੀ ਗਲਤੀ ਆ ਅਤੇ ਸਭ ਦਾ ਨੁਕਸਾਨ ਹੋ ਰਿਹਾ।
ਬੁਟਰਾ ਫੈਕਟਰੀ ਜੀ ਬੁਟਰਾ ਕਿਹੜੀ ਬੁਟਰਾ ਬੁਟਰਾ ਫੈਕਟਰੀ ਆ ਕਿੱਥੋਂ ਲੱਦਿਆ ਇਹ ਉੱਚੇ ਪਿੰਡ ਕੀ ਕਾਰਨ ਹੋਇਆ ਵੀ ਸਾਈਡ ਸੂਟ ਵੱਜੀ ਕੀ ਗੱਲ ਹੋ ਗਈ ਆ ਹਾਂ ਜੀ ਟਾਇਰ ਦਾ ਐਕਸਲ ਟੁੱਟ ਗਿਆ ਪਾਪਾ ਐਕਸਲ ਟੁੱਟ ਗਿਆ ਹਾਂ ਜੀ ਟਾਇਰ ਫਸ ਗਿਆ ਓਕੇ ਬ੍ਰੇਕ ਲਾਉਂਦਾ ਸੀ ਉਧਰੋਂ ਆਉਂਦਾ ਸੀ ਟਰੈਕਟਰ ਹੌਲੀ ਹੌਲੀ ਆ ਸਪੀਡ ਤੁਹਾਡੀ ਤੇਜ਼ ਸੀ ਕਿ ਹੌਲੀ ਹੌਲੀ ਜੀ ਸੀ ਇੰਨੀ ਸਪੀਡ ਨਹੀਂ ਸੀ ਕਿਉਂਕਿ ਉਹਦੇ ਕੱਟਾ ਜਾਂ ਕੱਟੇ ਕਰਕੇ ਮੈਂ ਉਧਰੋਂ ਹੌਲੀ ਲਿਆਉਂਦਾ ਸੀ